ਕਰੋਨਾ ਵਾਇਰਸ ਕਰਕੇ ਜਿੱਥੇ ਲੋਕ ਆਪਣੇ ਘਰਾਂ 'ਚ ਬੰਦ ਨੇ ਤਾਂ ਉੱਥੇ ਹੀ ਸਰਕਾਰ ਵੀ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ 'ਚ ਅਜੇ ਤੱਕ ਕਰੋਨਾ ਦਾ ਕੋਈ ਵੀ ਪੋਜ਼ਿਟਿਵ ਮਾਮਲਾ ਨਹੀਂ ਆਇਆ। ਉੱਥੇ ਹੀ ਸਰਕਾਰ ਦੇ ਵਿਧਾਇਕ ਲੋਕਾਂ ਤੱਕ ਕਿਸ ਤਰ੍ਹਾਂ ਸਹੂਲਤਾਂ ਪਹੁੰਚਾ ਰਹੇ ਨੇ, ਖਾਸ ਗੱਲਬਾਤ ਕੀਤੀ ਹੈ ਸਾਡੇ ਪੱਤਰਕਾਰ ਭੋਪਾਲ ਸਿੰਘ ਨੇ। ਕਰੋਨਾ ਵਾਇਰਸ ਦਾ ਪ੍ਰਕੋਪ ਜਿਹੜਾ ਹੈ ਪੰਜਾਬ ਦੇ 17 ਜ਼ਿਲ੍ਹਿਆਂ 'ਚ ਦਿਖਾਈ ਦੇ ਰਿਹਾ ਹੈ, ਪਰ 5 ਜ਼ਿਲ੍ਹੇ ਐਸੇ ਵੀ ਹਨ ਜਿੱਥੇ ਇਸ ਦਾ ਨਾਮੋ ਨਿਸ਼ਾਨ ਹਾਲੇ ਤੱਕ ਦਿਖਾਈ ਨਹੀਂ ਦੇ ਰਿਹਾ, ਜਿਨ੍ਹਾਂ ਦੇ ਵਿੱਚੋਂ ਇੱਕ ਜ਼ਿਲ੍ਹਾ ਗੁਰਦਾਸਪੁਰ ਵੀ ਹੈ। ਗੁਰਦਾਸਪੁਰ ਦੇ ਵਿੱਚ ਹਾਲੇ ਤੱਕ ਕਰੋਨਾ ਦਾ ਕੋਈ ਵੀ ਪੋਜ਼ਿਟਿਵ ਮਰੀਜ਼ ਸਾਹਮਣੇ ਨਹੀਂ ਆਇਆ, ਤਾਂ ਇਸ 0 ਦੀ ਸੰਖਿਆ ਨੂੰ ਪ੍ਰਸ਼ਾਸਨ ਟੁੱਟਣ ਵੀ ਨਹੀਂ ਦੇਣਾ ਚਾਹੁੰਦਾ, ਬਰਕਰਾਰ ਰੱਖਣਾ ਚਾਹੁੰਦਾ ਹੈ। ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਗਿਆ ਹੈ। ਤਾਂ ਇਹ ਸਖ਼ਤ ਹਦਾਇਤਾਂ ਜਿਹੜੀਆਂ ਨੇ ਗੁਰਦਾਸਪੁਰ ਦੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਵੱਲੋਂ ਦਿੱਤੀਆਂ ਗਈਆਂ ਸੀ ਪ੍ਰਸ਼ਾਸਨ ਨੂੰ, ਜਿਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ। ਤਾਂ ਅਸੀਂ ਇਸ ਸਮੇਂ ਖੜ੍ਹੇ ਹਾਂ ਬਰਿੰਦਰਮੀਤ ਸਿੰਘ ਪਾੜਾ MLA ਦੇ ਘਰ ਦੇ ਅੰਦਰ ਹੀ, ਪਰ ਤਸਵੀਰਾਂ ਤੁਹਾਨੂੰ ਪਹਿਲਾਂ ਸਭ ਤੋਂ ਦਿਖਾਉਣੀਆਂ ਚਾਹਾਂਗਾ ਕਿ ਬਰਿੰਦਰਮੀਤ ਪਾੜਾ ਖੁਦ ਇੱਥੇ ਆਪਣੇ ਹੱਥੀਂ ਸੇਵਾ ਕਰਦੇ ਦਿਖਾਈ ਦੇ ਰਹੇ ਨੇ। ਇਹ ਰਾਸ਼ਨ ਸਾਰਾ ਖੁਦ ਆਪਣੇ ਹੱਥੀਂ ਪੈਕ ਕਰਦੇ ਦਿਖਾਈ ਦੇ ਰਹੇ ਨੇ, ਜਿਹੜੇ ਤਮਾਮ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਤਾਂ ਇਹ ਰਾਸ਼ਨ ਜਿਹੜਾ ਹੈ 24 ਘੰਟੇ ਇਸੇ ਤਰੀਕੇ ਨਾਲ ਹੀ ਇੱਥੋਂ ਪੈਕਿੰਗ ਕੀਤੀ ਜਾਂਦੀ ਹੈ ਅਤੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਤਦ ਦਾ ਹੀ ਪਹੁੰਚਾਇਆ ਜਾ ਰਿਹਾ ਜਦ ਦਾ ਕਰਫਿਊ ਲੱਗਾ ਹੈ, ਜਦ ਦਾ ਲੋਕਡਾਊਨ ਹੋਇਆ ਹੈ। ਤਾਂ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਕਿਹਾ ਜਾਂਦਾ ਹੈ ਕਿ ਘਰਾਂ 'ਚ ਹੀ ਬੈਠਣਾ ਚਾਹੀਦਾ ਹੈ। ਤਾਂ MLA ਸਾਹਿਬ ਨਾਲ ਗੱਲ ਕਰਦੇ ਹਾਂ। MLA ਸਾਹਿਬ, ਜ਼ਿਆਦਾਤਰ ਦੇਖਿਆ ਜਾਂਦਾ ਕਿ ਲੋਕ ਘਰਾਂ ਦੇ ਅੰਦਰ ਹੀ ਬੈਠੇ ਹੋਏ ਨੇ, ਤੁਸੀਂ ਆਪਣੇ ਹੱਥੀਂ ਇਹ ਸਾਰਾ ਕੰਮ ਕਰਦੇ ਦਿਖਾਈ ਦੇ ਰਹੇ ਹੋ, ਕਿਸ ਤਰ੍ਹਾਂ ਇਹ ਕੰਮ ਸਾਰਾ ਚੱਲਦਾ ਪਿਆ ਅਤੇ ਕਿਵੇਂ ਲੋਕਾਂ ਤੱਕ ਪਹੁੰਚਾ ਰਹੇ ਹੋ? ਵੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਕੋਈ ਲੀਡਰ ਬੰਦਾ ਨਹੀਂ, ਮੈਂ ਤਾਂ ਸੇਵਾ ਕਰਨ ਵਾਲਾ ਬੰਦਾ। ਮੇਰੇ ਬਜ਼ੁਰਗ ਵੀ ਪਹਿਲਾਂ ਵਿਧਾਇਕ ਰਹਿ ਚੁੱਕੇ ਨੇ ਔਰ ਉਹਨਾਂ ਨੇ ਵੀ ਬਹੁਤ ਸੇਵਾ ਕੀਤੀ। ਅੱਜ ਉਹਨਾਂ ਦੀ ਬਦੌਲਤ ਇਹ ਸੇਵਾ ਦਾ ਜਿਹੜਾ ਮੈਨੂੰ ਉਹਨਾਂ ਦੀ ਸੇਵਾ ਦੇ ਕਰਕੇ ਫਲ ਮਿਲਿਆ ਔਰ ਸਾਡੇ ਖੂਨ 'ਚ ਸੇਵਾ ਕਰਨੀ ਕੋਈ ਅੱਜ ਬਤੌਰ MLA ਹੋਣ ਕਰਕੇ ਨਹੀਂ, ਸ਼ੁਰੂ ਤੋਂ ਹੀ ਮੈਂ ਸੇਵਾ ਕਰਦਾ ਹਾਂ। ਮੇਰੇ ਤੋਂ ਬੜੇ ਬੜੇ ਵੱਡੇ ਦਾਨੀ ਬੈਠੇ ਨੇ, ਮੈਂ ਤਾਂ ਕੁਛ ਵੀ ਨਹੀਂ ਕਰ ਰਿਹਾ, ਮੇਰੇ ਕੋਲ ਗੁਰੂ ਮਹਾਰਾਜ ਜਿੰਨੀ ਕੁ ਸੇਵਾ ਲੈ ਰਿਹਾ ਮੈਂ ਕਰ ਰਿਹਾ, ਪਰ ਜੋ ਮਜ਼ਾ ਆਪਣੇ ਹੱਥੀਂ ਸੇਵਾ ਕਰਨ ਦਾ ਹੁੰਦਾ, ਅਸਲੀ ਸੇਵਾ ਉਹ ਹੁੰਦੀ ਆ। ਸੋ ਮੈਂ ਇਕੱਲਾ ਜੇਬ 'ਚੋਂ ਪੈਸਾ ਨਹੀਂ ਖਰਚ ਰਿਹਾ, ਮੈਂ ਆਪਦਾ ਪਰਿਵਾਰ ਨਾਲ ਲਾ ਕੇ Day 1 ਤੋਂ ਰਾਤ 1-1:30 ਵਜੇ ਸੋਈਂਦਾ ਪੈਕਿੰਗ ਕਰਕੇ ਸਵੇਰੇ ਪਿੰਡਾਂ ਵਾਲੇ ਜਾਂ ਵਾਰਡਾਂ ਵਾਲੇ ਬੁਲਾ ਕੇ ਉਹਨਾਂ ਨੂੰ ਛੋਟੇ ਹਾਥੀਆਂ 'ਤੇ ਲੱਦ ਕੇ ਭੇਜੀ ਜਾਈਦੀਆਂ ਕਿੱਟਾਂ। ਸੋ ਇਹ ਲਗਾਤਾਰ ਹੀ ਇਹ ਸੇਵਾ ਜਿਹੜੀ ਆ ਮੇਰੀ ਜਾਰੀ ਰਹੂਗੀ। ਸਰ, ਚੰਗੇ ਕੰਮ ਦੇ ਵਿੱਚ ਅੜਚਣਾਂ ਵੀ ਆਉਂਦੀਆਂ ਨੇ, ਕਈ ਕੁਛ ਲੋਕ ਬੋਲਦੇ ਵੀ ਨੇ ਕਿ ਕਈ ਤਰ੍ਹਾਂ ਦੀ ਨੁਕਤਾ ਚੀਨੀਆਂ ਵੀ ਹੁੰਦੀਆਂ ਨੇ। ਹੋ ਸਕਦਾ ਹੈ ਕਿ ਤੁਹਾਡੇ ਵਿਰੋਧੀ ਜਾਂ ਤੁਹਾਡੇ ਪੱਖ ਦੇ ਨੇਤਾ ਕੁਛ ਇਹ ਵੀ ਕਹਿੰਦੇ ਹੋਣ ਕਿ ਤੁਸੀਂ ਘਰ 'ਚ ਬੈਠ ਜਾਓ, ਕਿਉਂਕਿ ਅਸੀਂ ਵੀ ਘਰ 'ਚ ਬੈਠੇ ਹੋਏ, ਤੁਸੀਂ ਕਿਉਂ ਇਹ ਕੰਮ ਕਰ ਰਹੇ? ਵੇਖੋ, ਇਹ ਗੱਲ ਮੈਂ ਜਿਸ ਪੋਜੀਸ਼ਨ 'ਚੋਂ ਅੱਜ ਪੂਰਾ ਵਰਲਡ ਨਿਕਲ ਰਿਹਾ, ਇਕੱਲਾ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਇਸ ਮਹਾਮਾਰੀ 'ਚੋਂ ਨਿਕਲ ਰਹੀ ਆ, ਔਰ ਮੈਂ ਉਸ ਦਿਨ ਤੋਂ ਹੀ ਇਹ ਕੰਟਰੋਲ ਕਰ ਰਿਹਾ ਕਿ ਆਪਾਂ ਸਾਰੇ ਯਾਰ ਸੇਵਾ ਕਰ ਰਹੇ ਹਾਂ, ਸਾਰੀ ਦੁਨੀਆ ਸੇਵਾ ਕਰ ਰਹੀ ਹੈ, NGOs ਲੱਗੇ ਹੋਏ ਨੇ, ਪਰ ਜਿੰਨੇ ਯੋਗਾ ਮੈਂ ਕਰ ਰਿਹਾ। ਪਰ ਜਿਹੜੇ ਕੋਈ ਲੋਕ ਜਿਸ ਇਹ ਗੱਲ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਤਕਲੀਫ ਐਕਚੁਅਲ 'ਚ ਹੁੰਦੀ ਆ ਕਿ ਇਹ ਸੇਵਾ ਕਿਉਂ ਕਰ ਰਹੇ, ਉਹ ਮੈਨੂੰ ਰੋਕ ਨਹੀਂ ਸਕਦੇ ਸੇਵਾ ਤੋਂ, ਕਿਉਂਕਿ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੋ ਜੇ ਕਿਸੇ ਨੇ ਪਿੱਛੇ ਬੋਲਿਆ ਵੀ ਆਪਣੀ ਫੇਸਬੁੱਕ ID ਤੋਂ, ਮੈਂ ਉਹਦਾ ਜਵਾਬ ਪਬਲਿਕ ਦੇ ਕਹਿਣ 'ਤੇ ਦੇ ਚੁੱਕਿਆ। ਉਹ ਲੱਖ ਵਾਰੀ ਹੁਣ ਕੋਈ ਗਲਤ ਗੱਲਾਂ ਪਾਉਣਗੇ, ਮੈਂ ਉਹਦਾ ਜਵਾਬ ਨਹੀਂ ਦੇਣਾ, ਕਿਉਂਕਿ ਮੇਰੇ ਪਬਲਿਕ ਨੇ ਮੈਨੂੰ ਕਿਹਾ ਕਿ ਹੁਣ ਬਿਲਕੁਲ ਤੁਸੀਂ ਬੋਲਣਾ ਨਹੀਂ। ਸਰ, ਦੇਖਿਆ ਜਾਵੇ ਤੁਹਾਡੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਹੀ ਪ੍ਰਸ਼ਾਸਨ ਨੇ ਜਿਹੜੀਆਂ ਕੰਮ ਇੱਥੇ ਕੀਤੇ ਜ਼ਿਲ੍ਹੇ ਦੇ ਵਿੱਚ, ਉਹਦਾ ਨਤੀਜਾ ਇਹ ਨਿਕਲ ਕੇ ਆ ਰਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਹਾਲੇ ਤੱਕ ਕੋਈ ਇੱਥੇ ਮਰੀਜ਼ ਨਹੀਂ ਸਾਹਮਣੇ ਆਇਆ, 0 ਦੀ ਸੰਖਿਆ ਜਿਹੜੀ ਉਹ ਬਰਕਰਾਰ ਆ। ਹੁਣ ਨਵੀਆਂ ਹਦਾਇਤਾਂ ਤੁਹਾਡੇ ਵੱਲੋਂ ਕੀ ਦਿੱਤੀਆਂ ਗਈਆਂ ਨੇ ਕਿ ਕਿਸ ਤਰੀਕੇ ਨਾਲ ਇਹ 0 ਦੀ ਸੰਖਿਆ ਨੂੰ ਬਰਕਰਾਰ ਰੱਖਿਆ ਜਾਏਗਾ? ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਨਾ ਵਾਹਿਗੁਰੂ ਦਾ ਕਿ ਸਾਡਾ ਜ਼ਿਲ੍ਹਾ ਜਿਹੜਾ ਕਰੋਨਾ ਵਾਲੀ ਭਿਆਨਕ ਬਿਮਾਰੀ ਤੋਂ ਅਜੇ ਬਚਿਆ ਹੋਇਆ। ਔਰ ਮੇਰੀ ਪਰਸੋਂ ਰਾਤ ਨੂੰ ਡੀ ਸਾਹਿਬ ਨਾਲ ਗੱਲ ਹੋਈ ਸੀਗੀ ਕਿ ਅਸੀਂ ਬਚੇ ਹੋਏ ਹਾਂ ਅਤੇ ਅਸੀਂ ਸਤਰਕ ਹੋਈਏ, ਕਿਉਂਕਿ ਤੁਸੀਂ ਦੇਖਿਆ ਅੰਮ੍ਰਿਤਸਰ ਹੱਬ ਬਣੀ ਹੋਈ ਆ, ਹੁਸ਼ਿਆਰਪੁਰ ਤੋਂ ਸ਼ੁਰੂਆਤ ਹੋਈ ਔਰ ਇੱਧਰੋਂ ਪਠਾਨਕੋਟ ਦੇ ਵਿੱਚ ਵੀ ਕੇਸ ਆ ਗਏ। 3 ਜ਼ਿਲ੍ਹਿਆਂ ਨੇ ਇਸ ਵਿੱਚ ਸੈਂਟਰ ਅਸੀਂ ਪੈਂਦੇ ਹਾਂ ਔਰ ਅਸੀਂ ਅਜੇ ਤੱਕ ਬਚੇ ਹੋਏ ਹਾਂ। ਅਰਦਾਸ ਕਰਨੀ ਆ ਵਾਹਿਗੁਰੂ ਅੱਗੇ ਬਚੇ ਰਹੀਏ ਔਰ ਉਹਨੂੰ ਬਚਾਉਣ ਵਾਸਤੇ ਹੀ ਹੋਰ ਜਿਹੜੇ ਅਹਤਿਆਤ ਵਰਤੇ ਆ। ਮੇਰੇ ਖਿਆਲ ਪੰਜਾਬ 'ਚ ਪਹਿਲਾ ਜ਼ਿਲ੍ਹਾ ਜਿੱਥੇ ਅਸੀਂ ਪੂਰਾ ਉਹਨੂੰ ਸੀਲ ਬੰਦ ਕਰਤਾ ਜ਼ਿਲ੍ਹੇ ਨੂੰ। ਡੀ ਸਾਹਿਬ ਨਾਲ ਕਹਿੰਦੇ ਕਿ ਆਪਾਂ ਇਹਨੂੰ ਸੀਲ ਕਰ ਦਈਏ, ਮੈਂ ਕਿਹਾ ਇਹਨੂੰ ਬਿਲਕੁਲ ਸੀਲ ਕਰਨਾ ਆਪਾਂ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ। ਜੇ ਮੈਂ ਆਪਣੇ ਮਿਨਿਸਟਰ ਸਾਹਿਬਾਨਾਂ ਨਾਲ ਵੀ ਗੱਲ ਕਰ ਲਈ ਔਰ ਉਹ ਅਸੀਂ ਜ਼ਿਲ੍ਹਾ ਇਸ ਕਰਕੇ ਸੀਲ ਕੀਤਾ ਲੋਕਾਂ ਦੀ ਜਿਹੜੀ ਆ ਸਿਹਤ ਉਹਦੇ ਧਿਆਨ 'ਚ ਰੱਖਦੇ ਹਾਂ ਕਿ ਬਾਹਰੋਂ ਜੇ ਕੋਈ ਆਉਂਦਾ ਉੱਥੇ ਹਰ ਨਾਕੇ 'ਤੇ ਰਜਿਸਟਰ ਲਵਾਏ ਗਏ ਆ, ਉਹਦਾ ਐਗਜ਼ਾਮਿਨ ਕਰੀਦਾ ਕਿ ਉਹ ਜਿਹੜਾ ਆ ਰਿਹਾ ਪੁਲਿਸ ਡਿਪਾਰਟਮੈਂਟ ਵਾਲਾ ਪੁੱਛਦੇ ਆ ਕਿੱਥੋਂ ਆਇਆ, ਕਿੱਥੇ ਜਾਣਾ, ਕਿਸ ਕੰਮ ਲਈ ਜਾਣਾ। ਉਹਨਾਂ ਨੂੰ ਲੱਗਦਾ ਕਿ ਉਹ ਬੰਦਾ ਵਾਕਿਆ ਲੋੜ ਹੈ ਕਿਸੇ ਕੰਮ ਲਈ ਜਾ ਰਿਹਾ, ਜੇ ਅਨਸੈਸਰੀ ਗਿਆ ਤਾਂ ਉਹ ਬਿਲਕੁਲ ਅਲਾਊਡ ਨਹੀਂ ਕਰਾਂਗੇ ਉਹਨੂੰ ਜ਼ਿਲ੍ਹੇ 'ਚ ਆਉਣ ਲੱਗਾ। ਇਸ ਕਰਕੇ ਇਹਨੂੰ ਅਸੀਂ ਪੂਰੇ ਅਹਿਤਿਆਤ ਵਰਕੇ ਸੀਲ ਵੀ ਕਰਤੀਆਂ ਹਨ ਔਰ ਗਾਂ ਜਿਵੇਂ ਜਿਵੇਂ ਲੋੜ ਪਈ ਉਹ ਸਟੈਪ ਆਪਾਂ ਸਾਰਾ ਪ੍ਰਸ਼ਾਸਨ ਨਾਲ ਮਿਲ ਕੇ ਬਹੁਤ ਵਧੀਆ ਸਾਰੇ ਡਿਪਾਰਟਮੈਂਟ ਕੰਮ ਕਰ ਰਹੇ ਆ। ਆਪਾਂ ਜਿਵੇਂ ਜਿਵੇਂ ਲੋੜ ਪਈ ਉਹ ਸਟੈਪ ਚੱਕਦੇ ਰਹਾਂਗੇ। ਲੀਡਰਾਂ ਨੂੰ ਕੀ
ਅੱਜ ਔਖੀ ਘੜੀ ਦੇ ਵਿੱਚ ਤੁਸੀਂ ਹਰ ਬੰਦੇ ਦੀ ਬਾਂਹ ਘਰੋਂ ਬਾਹਰ ਨਿਕਲ ਕੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹ ਜ਼ਰੂਰ ਨਿਕਲਣ, ਕਿਉਂਕਿ ਅਸੀਂ ਇਕੱਲੇ ਸਿਰਫ ਵੋਟਾਂ ਨਹੀਂ ਲੈਣੀਆਂ, ਅਸੀਂ ਅੱਜ ਔਖੇ ਸਮੇਂ 'ਚ ਲੋਕਾਂ ਕੋਲ ਬੈਠੇ ਹਾਂ। ਲੋਕ ਵਿਚਾਰੇ ਜਿਹੜੇ ਦਿਹਾੜੀ ਕਰਦੇ ਨੇ, ਹੈਂਡ ਟੂ ਮਾਊਥ ਨੇ, ਉਹਨਾਂ ਦੀਆਂ ਕਈ ਜ਼ਰੂਰੀ ਲੋੜਾਂ ਨੇ ਜਿਹੜੀਆਂ ਕਿ ਉਹ ਜਾਂ ਲੀਡਰ ਨੂੰ ਦੱਸ ਸਕਦੇ ਨੇ, ਸੰਬੰਧਿਤ ਜਿਹੜਾ ਉੱਥੋਂ ਦਾ ਵਿਧਾਇਕ ਆ, ਜਾਂ ਉਹ ਪ੍ਰਸ਼ਾਸਨ ਨੂੰ ਦੱਸ ਸਕਦੇ ਨੇ। ਅਤੇ ਪ੍ਰਸ਼ਾਸਨ ਅਤੇ ਲੀਡਰ ਦਾ ਤਾਲਮੇਲ ਹੋਣਾ ਜਿਹੜਾ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਪੂਰੇ ਤਾਲਮੇਲ ਨਾਲ ਇੱਥੇ ਕੰਮ ਹੋਣ ਕਰਕੇ ਵਾਹਿਗੁਰੂ ਦੀ ਕਿਰਪਾ ਕਿ ਇੱਥੇ ਕੋਈ ਕੇਸ ਵੀ ਨਹੀਂ ਆਇਆ ਅਤੇ ਲੋਕ ਵੀ ਸਾਰੇ ਸੈਟਿਸਫਾਈਡ ਨੇ। 100% ਸੈਟਿਸਫੈਕਸ਼ਨ ਨਾ ਅਸੀਂ ਦੇ ਸਕਦੇ, ਕਿਉਂਕਿ ਪਹਿਲੀ ਵਾਰੀ ਇਹ ਹਾਲਾਤ ਬਣੇ ਨੇ ਕਿ ਕਰੋਨਾ ਦੇ ਨਾਲ ਪੂਰੀ ਵਰਲਡ ਜਿਹੜਾ ਹਿੱਲ ਗਿਆ। ਸੋ ਉਮੀਦ ਕਰਦੇ ਹਾਂ ਜਿੰਨੇ ਜੋਗੇ ਹਾਂ ਉਹ ਹਮੇਸ਼ਾ ਤੁਹਾਡੇ ਨਾਲ ਰਹਾਂਗੇ। ਔਰ ਮੈਂ ਤੁਹਾਡੇ ਮਾਧਰ ਉਹਨਾਂ ਲੀਡਰਾਂ ਨੂੰ ਅਪੀਲ ਕਰਦਾ ਜਿਹੜੇ ਇਸ ਸਮੇਂ 'ਤੇ ਵੀ ਰਾਜਨੀਤੀ ਕਰ ਰਹੇ ਨੇ, ਉਹਨਾਂ ਨੂੰ ਨਾ ਰੱਬ ਬਖਸ਼ੂਗਾ ਨਾ ਉਹਨਾਂ ਨੂੰ ਲੋਕ ਬਖਸ਼ਣਗੇ। ਮੈਂ ਉਹਨਾਂ ਨੂੰ ਕਹਿੰਦਾ ਕਿ ਆਪਣੇ ਅੰਦਰ ਝਾਤੀ ਮਾਰੋ ਅਤੇ ਲੋਕਾਂ ਦੀ ਸੇਵਾ ਕਰੋ। ਇਹਦੇ ਵਿੱਚੋਂ ਰਾਜਨੀਤੀ 'ਚੋਂ ਜਿੱਤ ਕੇ ਕਦੀ ਬੰਦਾ ਬਾਹਰ ਨਹੀਂ ਆ ਸਕਦਾ ਜੀ। ਬਿਲਕੁਲ, ਕਿਤੇ ਨਾ ਕਿਤੇ ਇਸ ਔਖੀ ਘੜੀ ਦੇ ਵਿੱਚ ਰਾਜਨੀਤੀ ਨੂੰ ਪਿੱਛੇ ਛੱਡ ਕੇ ਲੋਕਾਂ ਦੀ ਸੇਵਾ ਲਈ ਤਤਪਰ ਹੋਣਾ ਚਾਹੀਦਾ ਹੈ, ਕਿਉਂਕਿ ਲੋਕਾਂ ਨੂੰ ਇਸ ਵੇਲੇ ਆਪਣੇ ਲੀਡਰਾਂ ਦੀ ਸਖਤ ਜ਼ਰੂਰਤ ਹੈ। ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਲੀਡਰੀ ਦਿੱਤੀ ਹੈ, ਕੁਰਸੀ 'ਤੇ ਬਿਠਾਇਆ ਹੈ, ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਉਹਨਾਂ ਵੋਟਾਂ ਦੇ ਬਦਲੇ ਲੋਕਾਂ ਦੀ ਸੇਵਾ ਕਰਨ, ਕਿਉਂਕਿ ਅੱਜ ਇਸ ਮੁਸ਼ਕਲ ਦੀ ਘੜੀ ਵਿੱਚ ਜ਼ਰੂਰਤ ਹੈ ਲੋਕਾਂ ਦੀ ਸੇਵਾ ਕਰਨ ਦੀ। ਤਾਂ ਬਰਿੰਦਰਮੀਤ ਪਾੜਾ MLA ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪ੍ਰਸ਼ਾਸਨ ਨੂੰ, ਉਸ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਤਮਾਮ ਜਿਹੜਾ ਹੈ ਉਹ ਸੀਲ ਕੀਤਾ ਗਿਆ ਹੈ ਅਤੇ ਇਹ ਇਸੇ ਤਰ੍ਹਾਂ ਹੀ ਸੀਲ ਰਹੇਗਾ, ਕਿਉਂਕਿ ਜਿਹੜੀ 0 ਦੀ ਸੰਖਿਆ ਹੈ ਗੁਰਦਾਸਪੁਰ ਦੇ ਵਿੱਚ ਸਾਹਮਣੇ ਆ ਰਹੀ, ਉਸ ਨੂੰ ਬਰਕਰਾਰ ਰੱਖਣਾ ਹੈ। ਕੈਮਰਾ ਪਰਸਨ ਵਿੱਕੀ ਮਲਕ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਗੁਰਦਾਸਪੁਰ। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਅੱਜ ਦੀ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ESS ਗਲੋਬਲ ਤੁਹਾਨੂੰ ਇਹ ਐਡਵਾਈਸ ਦਿੰਦਾ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ, ਆਪਣੀ ਹੈਲਥ ਅਤੇ ਸੇਫਟੀ ਦਾ ਖਿਆਲ ਰੱਖੋ, ਸਿਰਫ ਜਿਹੜੇ ਬਹੁਤ ਜ਼ਰੂਰੀ ਕੰਮ ਹੈ ਉਹਨਾਂ ਵਾਸਤੇ ਹੀ ਘਰੋਂ ਬਾਹਰ ਨਿਕਲੋ। ਇੱਥੇ ਹੀ ਕੁਐਸਚਨ ਖੜਾ ਹੁੰਦਾ ਹੈ ਕਿ ਮੇਰਾ ਬਾਹਰ ਜਾਣ ਦਾ ਸੁਪਨਾ ਬਿਨਾਂ ਘਰੋਂ ਬਾਹਰ ਨਿਕਲੇ ਕਿੱਦਾਂ ਪੂਰਾ ਹੋਏਗਾ। ਤੁਹਾਡੇ ਸਾਰੇ ਸੁਪਨਿਆਂ ਨੂੰ ਮੁੱਖ ਰੱਖਦੇ ESS ਗਲੋਬਲ ਲੈ ਕੇ ਆਇਆ ਔਨਲਾਈਨ ਪਲੈਟਫਾਰਮ। ਲੌਗਇਨ ਕਰੋ ESSGlobal.com। ਔਨਲਾਈਨ ਕਾਉਂਸਲਿੰਗ ਘਰੇ ਬੈਠੇ ਪੂਰੇ ਪਰਿਵਾਰ ਨਾਲ ਲਓ, ਘਰੇ ਬੈਠ ਕੇ ਸਪਟੈਂਬਰ 2020 ਇਨਟੇਕ ਵਾਸਤੇ। ਹੁਣੇ ਲੌਗਇਨ ਕਰੋ ESSGlobal.com ਐਂਡ ਆਪਣੀ ਕਾਉਂਸਲਿੰਗ ਦੀ, ਔਨਲਾਈਨ ਕਾਉਂਸਲਿੰਗ ਦੀ ਅਪੁਆਇੰਟਮੈਂਟ ਬੁੱਕ ਕਰੋ।